ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਵਨੀਤ ਕਿਚਨ। ਅੱਜ ਤੁਹਾਡੇ ਸਾਹਮਣੇ ਜਿਹੜਾ ਆ, ਪਤਾ ਹੀ ਆ ਤੁਹਾਨੂੰ ਕਿ ਆਪਾਂ ਕੀ ਬਣਾਉਣ ਲੱਗੇ ਹਾਂ, ਕੰਗਣੀ ਅਤੇ ਫੋਕਸਟੇਲ ਮਿਲਟ ਵੀ ਬੋਲਦੇ ਇਹਨੂੰ। ਅਤੇ ਇਹ ਜਿਹੜੀ ਆ ਹੈਲਥ, ਇਹਦੇ ਹੈਲਥ ਦੇ ਬੜੇ ਬੈਨੀਫਿਟ ਨੇ ਇਹਦੇ, ਕੰਗਣੀ ਦੇ। ਸੋ ਤੁਸੀਂ ਜੇ ਵੇਟ ਲੂਜ਼ ਕਰਨਾ ਚਾਹੁੰਦੇ ਤਾਂ ਵੀ ਇਹਨੂੰ ਖਾ ਸਕਦੇ ਜੇ। ਜੇ ਤੁਹਾਨੂੰ ਬਲੱਡ ਸ਼ੂਗਰ ਆਏ, ਬਲੱਡ ਸ਼ੂਗਰ ਕੰਟਰੋਲ ਕਰਦੀ ਆ। ਜਿਹੜਾ ਸਾਡੇ ਹੁੰਦੇ ਇੱਕ ਬੈਡ ਕੋਲੈਸਟ੍ਰੋਲ ਹੁੰਦੇ ਆ, ਇੱਕ ਗੁੱਡ ਹੁੰਦੇ ਆ। ਇਹ ਬੈਡ ਨੂੰ ਜਿਹੜਾ ਆ ਡੈਮੇਜ ਕਰਦੀ ਆ, ਘਟਾਉਂਦੀ ਆ, ਅਤੇ ਗੁੱਡ ਨੂੰ ਜਿਹੜਾ ਇਨਕਰੀਜ਼ ਕਰਦੀ ਆ। ਸੋ ਚਲੋ ਅੱਜ ਆਪਾਂ, ਤੁਸੀਂ ਇਹ ਤੋਂ ਚਾਵਲ ਵੀ ਇਹਦੇ ਬਣਾ ਸਕਦੇ ਜੇ, ਅਤੇ ਖਿਚੜੀ ਵੀ ਬਣਾ ਸਕਦੇ ਜੇ। ਜੇ ਤੁਸੀਂ ਖਿਚੜੀ ਬਣਾਉਣੀ ਆ ਤਾਂ ਇਹਦੇ 'ਚ ਤੁਸੀਂ ਜਿਸ ਤਰ੍ਹਾਂ ਇੱਕ ਕੌਲੀ ਕੰਗਣੀ ਦੀ ਲੈ ਲਓ, ਅਤੇ 6 ਕੌਲੀਆਂ ਤੁਸੀਂ ਇਹਦੇ 'ਚ ਪਾਣੀ ਦੀਆਂ ਪਾ ਸਕਦੇ ਜੇ, ਜੇ ਤੁਸੀਂ ਖਿਚੜੀ ਬਣਾਉਣੀ ਆ। ਅਤੇ ਜੇ ਤੁਸੀਂ ਬਣਾਉਣੇ ਚਾਵਲ, ਫਿਰ ਤੁਸੀਂ ਇਹਦੇ 'ਚ 4 ਕੌਲੀਆਂ ਪਾਣੀ ਦੀਆਂ ਪਾਓ, ਅਤੇ 1 ਕੌਲੀ ਜਿਹੜੀ ਆ ਫੋਕਸਟੇਲ ਮਿਲਟ ਲੈ ਲਓ। ਉਹ ਜਿਹੜੇ ਆ ਇਹਦੇ ਬਣ ਜਾਂਦੇ, ਚਾਵਲ ਬਣ ਜਾਂਦੇ ਆ। ਇਹਦੇ 'ਚ ਤੁਸੀਂ ਆਪਣੀਆਂ ਮਨਪਸੰਦ ਦੀਆਂ ਸਬਜ਼ੀਆਂ ਪਾ ਸਕਦੇ ਜੇ। ਤੁਸੀਂ ਦੇਖ ਸਕਦੇ ਜੇ ਕਿ ਮੈਂ ਬੀਨਸ ਜਿਹੜੀਆਂ ਕੱਟੀਆਂ ਹੋਈਆਂ ਨੇ ਬਰੀਕ ਬਰੀਕ। ਇੱਧਰ ਮੈਂ ਗਾਜਰ ਲੈ ਲਈ ਆ, ਉਹ ਵੀ ਕੱਟ ਲਈ ਆ। ਇਹ ਸ਼ਿਮਲਾ ਮਿਰਚ ਲਈ ਆ। ਕਈ ਵਾਰ ਇਹ ਆ ਕਿ ਸ਼ਿਮਲਾ ਮਿਰਚ ਦਾ ਥੋੜ੍ਹਾ ਜਿਹਾ ਟੇਸਟ ਥੋੜ੍ਹਾ ਅਲੱਗ ਆਉਂਦਾ ਆ, ਜਿਸ ਤਰ੍ਹਾਂ ਅਸੀਂ ਜਿਹੜੀ ਕੋਈ ਸਬਜ਼ੀ ਬਣਾਉਂਦੇ ਤੜਕਾ ਲਾ ਕੇ ਉਹ 'ਚ ਤਾਂ ਵਧੀਆ ਲੱਗਦੀ। ਜੇ ਆਪਾਂ ਇਸ ਤਰ੍ਹਾਂ ਇਹਨੂੰ ਖਿਚੜੀ 'ਚ ਜਾਂ ਚਾਵਲ 'ਚ ਪਾਉਂਦੇ ਤਾਂ ਥੋੜ੍ਹਾ ਜਿਹਾ ਕਈਆਂ ਨੂੰ ਨਹੀਂ ਪਸੰਦ ਹੁੰਦਾ। ਸੋ ਇਹ ਆਪਣੀ ਮਰਜ਼ੀ ਨਾਲ ਤੁਸੀਂ ਪਾ ਸਕਦੇ ਜੇ, ਮਟਰ ਪਾ ਸਕਦੇ ਜੇ, ਕੋਈ ਹੋਰ ਸਬਜ਼ੀਆਂ। ਇਹਦੇ 'ਚ ਅਸੀਂ ਜਿਹੜਾ ਆ ਆਲੂ ਵੀ ਲਏ ਨੇ, ਪਿਆਜ਼ ਵੀ ਆ, ਅਦਰਕ ਆ, ਲਸਣ ਆ, ਅਤੇ ਨਾਲ ਹਰੀ ਮਿਰਚ ਕੱਟੀ ਹੋਈ ਆ। ਸੋ ਅੱਜ ਅਸੀਂ ਬਣਾਵਾਂਗੇ ਇਹਦੇ ਤੋਂ ਖਿਚੜੀ। ਅਤੇ ਅਸੀਂ ਜਿਹੜੀ ਆ ਰਾਤ ਦੀ ਜਿਹੜੀ ਆ ਪਾਣੀ 'ਚ ਭਿਉਂ ਕੇ ਰੱਖੀ ਹੋਈ ਆ, ਬਣਾਉਣ ਤੋਂ ਪਹਿਲਾਂ 4 ਘੰਟੇ ਭਿਉਂ ਕੇ ਰੱਖ ਲਓ, ਫੁੱਲ ਜਾਂਦੀ ਆ ਥੋੜ੍ਹੀ, ਪਰ ਪਾਣੀ ਘੱਟ ਪੀਂਦੀ ਆ। ਕਈ ਜਿਸ ਤਰ੍ਹਾਂ ਕੋਦਰਾ ਜਿਹੜਾ ਆ, ਕੋਦਰਾ ਕਾਫੀ ਪਾਣੀ ਲੈਂਦਾ ਆ। ਸੋ ਉਹ ਥੋੜ੍ਹਾ ਰਹਿੰਦਾ ਵੀ, ਇੰਨਾ ਜ਼ਿਆਦਾ ਮੈਸ਼ੀ ਨਹੀਂ ਬਣਦਾ, ਥੋੜ੍ਹਾ ਥੋੜ੍ਹਾ ਜਿਸ ਤਰ੍ਹਾਂ ਖੜਾ ਖੜਾ ਆਪਾਂ ਜਿਹਨੂੰ ਕਹਿ ਦਿੰਦੇ ਆ ਉਹ ਰਹਿੰਦਾ ਆ। ਅਤੇ ਇਹ ਹੁਣ ਅਸੀਂ ਜਿਹੜੀ ਆ, ਤੁਸੀਂ 4 ਘੰਟੇ ਪਹਿਲਾਂ ਭਿਉਂ ਲਓ ਜਾਂ ਫਿਰ ਪਾਣੀ ਦੇ ਵਿੱਚ, ਪਾਣੀ ਜਿੰਨਾ ਤੁਸੀਂ ਪਹਿਲਾਂ ਉਹਨੂੰ 2-3 ਪਾਣੀ 'ਚ ਧੋ ਲਓ, 2-3 ਪਾਣੀ 'ਚ ਧੋ ਕੇ, ਅਤੇ ਜਿਹੜੀ ਉਹਦੇ 'ਚ ਥੋੜ੍ਹਾ ਬਹੁਤਾ ਕਦੀ ਕਦੀ ਜਿਹੜੀ ਆ ਮਿੱਟੀ ਵਗੈਰਾ ਹੁੰਦੀ ਆ ਥੋੜ੍ਹੀ ਜਿਹੀ, ਜ਼ਿਆਦਾ ਨਹੀਂ ਹੁੰਦੀ ਵੈਸੇ, ਤਾਂ ਸਾਫ਼ ਹੀ ਹੁੰਦਾ। ਅਤੇ ਜੇ ਕਦੀ ਹੋਵੇ ਤਾਂ ਉਹ ਜਿਹੜਾ 2-3 ਪਾਣੀ 'ਚ ਧੋ ਲਓ ਤਾਂ ਉਹ ਨਿਕਲ ਜਾਂਦੀ ਆ। ਸੋ ਇਹਨੂੰ ਅਸੀਂ 2-3 ਪਾਣੀ 'ਚ ਧੋ ਕੇ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਤੁਸੀਂ ਦੇਖ ਸਕਦੇ ਜੇ, ਪਾਣੀ 'ਚ ਪਾਉਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਦਾਣੇ ਸੀ, ਬੀਜ਼ ਸੀਡ ਸੀ, ਅਤੇ ਹੁਣ ਅਸੀਂ ਇਹਨੂੰ ਜਿਹੜਾ ਆ ਪਾਣੀ 'ਚ, ਜਿਹੜੇ ਮੈਂ ਪਾਣੀ 'ਚ ਭਿਉਂ ਕੇ ਰੱਖੀ ਆ ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ। ਲਓ ਜੀ, ਮੈਂ ਪਾਣੀ 'ਚ ਭਿਉਂ ਕੇ ਰੱਖੀ ਆ, ਇਹ ਮੈਂ ਸਵੇਰੇ ਹੀ ਭਿਉਈ ਹਾਂ, ਥੋੜ੍ਹੀ ਜਿਹੀ ਇਹ ਫੁੱਲ ਗਈ, ਤੁਸੀਂ ਦੇਖ ਸਕਦੇ ਜੀ। ਅਤੇ ਜੇ ਪਾਣੀ, ਕਿਉਂਕਿ ਅਸੀਂ ਧੋ ਕੇ ਭਿਉਂ, ਤਾਂ ਇਹੀ ਪਾਣੀ ਆਪਾਂ ਯੂਜ਼ ਕਰਾਂਗੇ ਇਹਦੇ ਪਕਾਉਣ ਵਾਸਤੇ। ਅਤੇ ਨਾਲ ਅਸੀਂ ਕੜੀ ਪੱਤਾ ਵੀ ਲੈ ਲਿਆ, ਕੜੀ ਪੱਤਾ ਵੀ ਅਸੀਂ ਵਿੱਚ ਪਾਵਾਂਗੇ, ਇਹਦਾ ਵੀ ਜਿਹੜਾ ਫਲੇਵਰ ਆ ਬੜਾ ਵਧੀਆ ਆਉਂਦਾ ਇਹਦੇ ਵਿੱਚ। ਸੋ ਆਪਾਂ ਹੁਣ ਬਣਾਉਂਦੇ ਹਾਂ ਇਹਨੂੰ। ਲਓ ਜੀ, ਮੈਂ 2 ਚਮਚ ਜਿਹੜੇ ਕੋਕੋਨਟ ਓਇਲ ਲਏ ਆ। ਤੁਸੀਂ ਸਰ੍ਹੋਂ ਦੇ ਤੇਲ 'ਚ ਵੀ ਬਣਾ ਸਕਦੇ, ਜ਼ਰੂਰੀ ਨਹੀਂ ਕਿ ਤੁਸੀਂ ਕੋਕੋਨਟ ਹੀ ਲੈਣਾ। ਜੇ ਤੁਸੀਂ ਹੈਲਦੀ ਹੋਰ ਵੀ ਚਾਹੁੰਦੇ ਜੇ ਤਾਂ, ਸੋ ਇਹ ਤੁਸੀਂ ਕੋਕੋਨਟ ਲੈ ਲਓ, ਨਹੀਂ ਤਾਂ ਤੁਸੀਂ ਸਰ੍ਹੋਂ ਦੇ 'ਚ ਬਣਾ ਸਕਦੇ ਜੇ, ਦੇਸੀ ਘਿਓ ਵੀ ਵਰਤ ਸਕਦੇ ਜੇ, ਇਹੋ ਜਿਹੀ ਕੋਈ ਗੱਲ ਨਹੀਂ ਆ। ਲਓ ਜੀ, ਆਪਾਂ ਹੁਣ ਪਹਿਲਾਂ ਲਸਣ ਅਤੇ ਪਿਆਜ਼ ਪਾ ਕੇ ਅਦਰਕ ਪਾ ਲਾਂਗੇ। ਥੋੜ੍ਹਾ ਜਿਹਾ ਪਕਾ ਕੇ ਹੁਣ ਅਸੀਂ ਇਹਦੇ ਵਿੱਚ ਪਿਆਜ਼ ਵੀ ਨਾਲ ਹੀ ਐਡ ਕਰ ਲਾਂਗੇ। ਕੜੀ ਪੱਤਾ ਪਾ ਦਾਂਗੇ ਜਿੰਨਾ ਤੁਸੀਂ ਪਸੰਦ ਕਰਦੇ ਜੇ, ਕਿਉਂਕਿ ਕੜੀ ਪੱਤੇ ਦੇ ਵੀ ਬਹੁਤ ਸਾਰੇ ਬੈਨੀਫਿਟ ਨੇ। ਹੁਣ ਅਸੀਂ ਇਹਦੇ ਵਿੱਚ ਜਿਹੜੀਆਂ ਕੱਟੀਆਂ ਹੋਈਆਂ ਸਬਜ਼ੀਆਂ ਉਹ ਐਡ ਕਰ ਦਿੰਦੇ ਹਾਂ।
ਤੁਸੀਂ ਦੇਖ ਸਕਦੇ ਜੀ ਕਿੰਨਾ ਸੋਹਣਾ ਕਲਰ। ਇਹਦੇ ਵਿੱਚ ਅਸੀਂ ਹੁਣ ਮਸਾਲੇ ਐਡ ਕਰ ਦਾਂਗੇ, ਕੱਟੀ ਹੋਈ ਹਰੀ ਮਿਰਚ ਪਾ ਦਾਂਗੇ, ਹਲਦੀ ਇੱਕ ਚਮਚ, ਇੱਕ ਤੋਂ ਥੋੜ੍ਹੀ ਵੱਧ ਪਾ ਲਓ, ਜੀਰਾ ਇੱਕ ਚਮਚ, ਨਮਕ ਡੇਢ ਚਮਚ। ਇਹ ਆਪਣੇ ਸਵਾਦ ਅਨੁਸਾਰ ਤੁਸੀਂ ਘੱਟ ਵੱਧ ਕਰ ਸਕਦੇ ਜੀ। ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ, ਥੋੜ੍ਹਾ ਦੇਰ ਢੱਕ ਕੇ ਪਕਾ ਲਾਂਗੇ, 5 ਕੁ ਮਿੰਟ ਕੀ ਥੋੜ੍ਹੀਆਂ ਸਬਜ਼ੀਆਂ ਜਿਹੜੀਆਂ ਸਾਡੀਆਂ ਗਲ ਜਾਣ। ਲਓ ਜੀ ਸਬਜ਼ੀਆਂ ਜਿਹੜੀਆਂ ਥੋੜ੍ਹੀਆਂ ਥੋੜ੍ਹੀਆਂ ਜਿਹੜੀਆਂ ਪੱਕ ਗਈਆਂ ਨੇ, ਹੁਣ ਅਸੀਂ ਇਹਦੇ ਵਿੱਚ ਜਿਹੜੇ ਆ ਫੋਕਸਟੇਲ ਮਿਲਟ ਜਿਹੜੇ ਪਾ ਦਾਂਗੇ, ਜਿਹਨੂੰ ਆਪਾਂ ਕੰਗਣੀ ਬੋਲਦੇ ਹਾਂ, ਅਤੇ ਕੰਗਣੀ ਅਤੇ ਜਿਹੜਾ ਪਾਣੀ ਜਿਹੜਾ ਜਿਹਦੇ 'ਚ ਭਿਉਂ ਕੇ ਰੱਖਿਆ ਉਹੀ ਸਾਰਾ ਕੁਛ ਐਡ ਕਰ ਦਾਂਗੇ। ਇਹਨੂੰ 20 ਮਿੰਟ ਲਈ ਅਸੀਂ ਜਿਹੜਾ ਸਿਮ 'ਤੇ ਪਕਾਵਾਂਗੇ, ਕਿਉਂਕਿ 20 ਮਿੰਟ 'ਚ 20 ਤੋਂ 25 ਮਿੰਟ 'ਚ ਬਣ ਜਾਂਦੇ ਨੇ। ਜਿਹੜਾ ਗੋਧਰਾ ਆ ਉਹ ਜਿਹੜਾ ਜ਼ਿਆਦਾ ਟਾਈਮ ਲੈਂਦਾ, ਬਾਕੀ ਜਿੰਨੇ ਵੀ ਮਿੰਟ ਜਿਹੜੇ ਨੇ ਉਹ ਬਸ 20 ਤੋਂ 25 ਮਿੰਟ ਹੀ ਲੈਂਦੇ ਨੇ। ਲਓ ਜੀ ਹੁਣ ਅਸੀਂ ਇਹਨੂੰ ਢੱਕ ਕੇ ਪਕਾ ਲਾਂਗੇ 20 ਮਿੰਟ, ਵਿੱਚ ਵਿੱਚ ਅਸੀਂ ਚੈੱਕ ਕਰਦੇ ਰਵਾਂਗੇ। ਲਓ ਜੀ ਕੰਗਣੀ ਦੀ ਖਿਚੜੀ ਬਣ ਕੇ ਤਿਆਰ ਆ, ਬਸ ਆਪਾਂ 1-2 ਮਿੰਟ ਲਈ ਇਹਨੂੰ ਹੋਰ ਪਕਾ ਲਾਂਗੇ। ਤੁਸੀਂ ਦੇਖ ਸਕਦੇ ਜੇ ਸਬਜ਼ੀਆਂ ਜਿਹੜੀਆਂ ਅਸੀਂ ਪਾਈਆਂ ਸੀ ਸਾਰੀਆਂ ਗਲ ਗਈਆਂ ਨੇ, ਬਸ ਥੋੜ੍ਹਾ ਜਿਹਾ ਪਾਣੀ ਆ ਉਹ ਵੀ ਇਹਦਾ ਜਿਹੜਾ ਸੁੱਕ ਜਾਣਾ ਹੈ। ਲਓ ਜੀ ਤੁਸੀਂ ਵੀ ਇਹਨੂੰ ਟਰਾਈ ਜ਼ਰੂਰ ਕਰਿਓ, ਅਤੇ ਅਸੀਂ ਇਹਦਾ ਲਿੰਕ ਜਿਹੜਾ ਨੀਚੇ ਦੇ ਦਾਂਗੇ, ਤੁਸੀਂ ਉੱਥੋਂ ਲੈ ਸਕਦੇ ਜੇ ਤੁਹਾਨੂੰ ਨਹੀਂ ਮਿਲਦੀ ਤੇ। ਅਤੇ ਬਹੁਤ ਹੀ ਹੈਲਦੀ ਆ ਇਹ ਚੀਜ਼, ਸੋ ਤੁਸੀਂ ਵੀ ਸਾਰੇ ਜਣੇ ਆਪਣੇ ਘਰ 'ਚ ਜ਼ਰੂਰ ਬਣਾਇਓ। ਜੇ ਸਾਡੀ ਰੈਸਪੀ ਚੰਗੀ ਲੱਗੇ ਤਾਂ ਉਹਨੂੰ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ। ਹੁਣ ਅਸੀਂ ਥੋੜ੍ਹੀ ਦੇਰ ਤੱਕ 2 ਕੁ ਮਿੰਟ ਇਹਨੂੰ ਹੋਰ ਪਕਾ ਕੇ ਅਸੀਂ ਇਹਦੀ ਪਲੇਟਿੰਗ ਕਰ ਦਿੰਦੇ ਹਾਂ। ਇਹਦੇ ਵਿੱਚ ਪਾਣੀ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਥੋੜ੍ਹਾ ਹੋਰ ਵੀ ਪਾ ਸਕਦੇ ਜੇ ਤੁਸੀਂ ਇਸ ਤੋਂ ਵੀ ਸੰਘਣੀ ਖਾਣੀ ਆ ਤਾਂ ਇਸ ਤੋਂ ਘੱਟ ਪਾ ਲਓ, ਜੇ ਤੁਸੀਂ ਪਤਲੀ ਖਾਣੀ ਤਾਂ ਥੋੜ੍ਹਾ ਪਾਣੀ ਤੁਸੀਂ ਗਰਮ ਕਰਕੇ ਅਤੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ। ਇਹੋ ਜਿਹੀ ਕੋਈ ਗੱਲ ਨਹੀਂ ਕਿ ਜੇ ਮੈਂ 6 ਕੌਲੀਆਂ ਦੱਸੀਆਂ ਤਾਂ ਤੁਸੀਂ 6 ਕੌਲੀਆਂ ਹੀ ਪਾਣੀ ਆ, ਤੁਸੀਂ ਜਿਹੜਾ ਪਾਣੀ ਆ ਘੱਟ ਵੱਧ ਵੀ ਲੈ ਸਕਦੇ ਜੇ। ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ। ਲਓ ਜੀ ਅਸੀਂ ਪਲੇਟੀ ਕਰ ਦਿੱਤੀ ਆ, ਕੰਗਣੀ ਦੀ ਖਿਚੜੀ ਬਣ ਕੇ ਤਿਆਰ ਆ। ਤੁਸੀਂ ਆਪਣੀ ਚੋਇਸ ਦੇ ਨਾਲ ਇਹ 'ਚ ਸਬਜ਼ੀਆਂ ਪਾ ਸਕਦੇ, ਜੇ ਤੁਹਾਨੂੰ ਕੜੀ ਪੱਤਾ ਨਹੀਂ ਪਸੰਦ ਤਾਂ ਤੁਸੀਂ ਨਾ ਪਾਓ, ਕੋਈ ਜ਼ਰੂਰੀ ਨਹੀਂ ਆ, ਹੈਗਾ ਤਾਂ ਪਾ ਵੀ ਲਓ ਕਿਉਂਕਿ ਇਹਦੇ ਜਿਹੜੇ ਆ ਬੈਨੀਫਿਟ ਬਹੁਤ ਜ਼ਿਆਦਾ ਨੇ ਹੈਲਥ ਲਈ। ਸੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ। ਅਤੇ ਜੇ ਤੁਹਾਨੂੰ ਤੁਸੀਂ ਇਹ ਕੰਗਣੀ ਜਾਂ ਕੋਧਰਾ ਕੋਈ ਵੀ ਚੀਜ਼ ਜਿਹੜੀ ਆ ਬਾਏ ਕਰਨਾ ਚਾਹੁੰਦੇ ਜੇ, ਲੈਣਾ ਚਾਹੁੰਦੇ ਜੇ, ਅਤੇ ਅਸੀਂ ਇਹਦਾ ਜਿਹੜਾ ਲਿੰਕ ਆਪਣੀ ਵੀਡੀਓ 'ਚ ਨੀਚੇ ਦੇ ਦਾਂਗੇ। ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ।